ਲਿਆ ਉਹ ਐਡਾ ਸਿਰਾਂ ਦਾ ਗੰਜਾ ਹਨਾ ਇਹ ਰੋਜ਼ ਥਾਪੀਆਂ ਮਾਰੀ ਜਾਂਦਾ ਉਹਨੇ ਤਾਂ ਇੱਕ ਨਵੀਂ ਉਹ ਪਤੰਦਰ ਨੇ ਬਖੇੜਾ ਖੜਾ ਕਰਤਾ ਕੌਮ ਦੇ ਵਿੱਚ ਖਾਸ ਕਰ ਜ਼ਿਮੀਦਾਰੇ ਭਾਈ ਭਾਈ ਚ ਭਾਈਚਾਰੇ ਚ ਇੱਕ ਪਾਸੇ ਤਾਂ ਉਹ ਕਹੀ ਜਾਂਦਾ ਮੈਂ ਹਿੰਦੂ ਆ ਹਿੰਦੂ ਆ ਪਰਸੋਂ ਚ ਉਥੇ ਦਾ ਥਾਪੀਆਂ ਮਾਰਦਾ ਇੱਕ ਕੋਟ ਪਾਇਆ ਹੋਇਆ ਬੜਾ ਸਾਰਾ ਬੰਗਾਲੀਆਂ ਮੰਗ ਕਹਿੰਦਾ ਮੈਂ ਜੱਟ ਦਾ ਪੁੱਤ ਆ ਸ਼ੱਕ ਸਾਨੂੰ ਸੜੀ ਪਹਿਲਾਂ ਹੀ ਧੀ ਇਹ ਵੀ ਕੋਈ ਗੜਬੜ ਹੈਗੀ ਹੈ ਸਾਨੂੰ ਸ਼ੱਕ ਪਹਿਲਾਂ ਹੀ ਦੀ ਸੜੀ ਇਹ ਵੀ ਇਹ ਸਾਨੂੰ ਥਾਪੀਆਂ ਕਹਤੇ ਮਾਰਦਾ ਚਲੋ ਕੋਈ ਗੱਲ ਨਹੀਂ ਜੀ ਜੇ ਕਿਸੇ ਜ਼ਿਮੀਂਦਾਰ ਭਰਾ ਤੇ ਕੋਈ ਗਲਤੀ ਕਈ ਵਾਰ ਹੋ ਜਾਂਦੀ ਆ ਜਾਣੇ ਅਣਜਾਣੇ ਚ ਹਨਾ ਤੇ ਉਹਨੂੰ ਜ਼ਰੂਰ ਲਿਆਇਓ ਫਿਰ ਦੱਸਾਂਗੇ ਉਹਨੂੰ ਪਤਾ ਵੈਸੇ ਦਾ ਚਲੋ ਹੁਣ ਜਦ ਉਹਨੇ ਭਾਈਚਾਰਾ ਹੀ ਅਡਾਪਟ ਕਰ ਲਿਆ ਉਹ ਆਪੇ ਮੰਨ ਗਿਆ ਕਹਿੰਦਾ ਉਹਨੇ ਸਾਰੇ ਬਲਡ ਨੂੰੇ ਦੱਸਤਾ ਸ਼ੱਕ ਸੀਗੀ ਸਾਨੂੰ ਵੀ ਇੰਨੀਆਂ ਥਾਪੀਆਂ ਸਾਨੂੰ ਕਾਤੇ ਮਾਰਦਾ ਮੈਂ ਸ਼ੇਰ ਆ ਮੈਂ ਸ਼ੇਰ ਆ ਕਹੇ ਕੇ ਹੁਣ ਤਾਂ ਉਹਨੇ ਕਹੇ ਦਿੱਤਾ ਜੀ ਮੈਂ ਜੱਟ ਦਾ ਪੁੱਤ ਐ ਉਹਨੂੰ ਜਾ ਕੇ ਸਮਝਾ ਕੇ ਆਇਓ ਹਨਾ ਇਹ ਗੱਲ ਦੱਸੇ ਉਹ ਵੀ ਕੋਈ ਗੱਲ ਨਹੀਂ ਭਾਈਚਾਰਾ ਹੀ ਆ ਹੁਣ ਤਾਂ ਹਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਸੀਂ ਦੇਖਿਓ ਗੁਰਵਾਣੀ ਅਖੰਡ ਬਾਣੀ ਕੌਮੀ ਸਭ ਮੋਰਚੇ ਨੂੰ ਲੈ ਕੇ ਬੰਦੀ ਸਿੰਘਾਂ ਦੀ ਰੈਹ ਨੂੰ ਲੈ ਕੇ ਆਪਣਾ ਕੌਮੀ ਸਭ ਮੋਰਚਾ ਲੱਗਿਆ ਹੋਇਆ ਹੈ ਚੰਡੀਗੜ੍ਹ ਦੀ ਬਾਰਡਰ ਤੇ ਇਸ ਵੇਲੇ ਆਪਣੇ ਨਾਲ ਤਲਵਾੜਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕੁਝ ਕਹਿਣਾ ਉਹਨਾਂ ਦਾ ਕੌਮੀ ਸਭ ਮੋਰਚੇ ਨੂੰ ਲੈ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਬਾਬਾ ਜੀ ਤੋਂ ਕਹਾਉ ਜੀ ਬਾਬਾ ਜੀ ਬੜੇ ਸਤਿਕਾਰਯੋਗ ਨੇ ਦੀ ਦੀ ਆਪਾਂ ਪਹਿਲਾਂ ਤੋਂ ਹਾਂ ਦੀਪ ਬਾਈ ਵੀ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਹੁੰਦਾ ਸੀ ਅਸੀਂ ਵੀ ਕਰਦੇ ਆ ਇਹਨਾਂ ਨਾਲ ਗੱਲ ਕਰੋ ਫਿਰ ਕਰਦੇ ਆਪਾਂ ਖਾਲਸਾ ਬਾਈ ਗੁਟਿਕ ਪਤੇ ਜੀ ਕੀ ਕਹਿਣਾ ਕਹੋ ਜੀ ਉਹਨੂੰ ਮੈਂ ਸਮਝਾਉਂਦਾ ਕਿ ਇੱਥੇ ਬੈਠਿਆਂ ਕਾਫੀ ਦਿਨ ਹੋ ਗਏ ਆ ਤੇ ਹੁਣ ਤੱਕ ਆਪਾਂ ਮਤਲਬ ਸੰਘਰਸ਼ ਵੀ ਕਾਫੀ ਲੰਮਾ ਚੱਲੇਗਾ ਕਹਿਣਾ ਤਾਂ ਜੀ ਦੇਖੋ ਜੀ ਸਾਡਾ ਇਹੀ ਹੈ ਸਾਰਿਆਂ ਜਿੱਥੇ ਵੀ ਜੜੀਆਂ ਕੋਈ ਜਾਗਦੀ ਜ਼ਮੀਰ ਵਾਲੇ ਨੇ ਜਿਹੜੀ ਗੁਰੂ ਨਾਨਕ ਦੇਵਾ ਸਿੱਖ ਸੰਗਤ ਹੈ ਹੁਣ ਸਿਰ ਤੋਂ ਪਾਣੀ ਲੰਘ ਚੁੱਕਿਆ ਜਦੋਂ ਸਿਰ ਤੋਂ ਪਾਣੀ ਲੰਘ ਜੇ ਪਾਣੀ ਉਹ ਕਿਵੇਂ ਲੰਘਿਆ ਕਿ ਕਿਉਂਕਿ ਅੱਜ ਜਿਹੜਾ ਅਜੇ ਮਿਸਰੇ ਦਾ ਲਖਵੀਰ ਖੀਰੀ ਦੇ ਵਿੱਚ ਲਖਵੀਰ ਖੀਰੀ ਦੇ ਵਿੱਚ ਜਿਹੜੇ ਨੇ ਉਹ ਸਾਡੇ 5-7 ਬੰਦੇ ਕਤਲ ਕਰਤੇ ਗੱਡੀ ਚੜਾ ਕੇ ਉੱਤੇ ਉਹਨੂੰ ਅੱਜ ਬੇਲ ਮਿਲ ਗਈ ਸਰਸੇ ਵਾਲ ਨੂੰ 40 ਦਿਨਾਂ ਵਾਸਤੇ ਛੱਡਿਆ ਗਿਆ ਮੈਂ ਪੁੱਛਣਾ ਚਾਹੁੰਦਾ ਇਹਨਾਂ ਦਾ ਸੁਪਰੀਮ ਕੋਰਟ ਹਾਈ ਕੋਰਟ ਸੈਂਟਰ ਨੂੰ ਸਾਡੇ ਜਿਹੜੇ ਬੰਦੀ ਸਿੰਘਾਂ ਦੀ ਜਦੋਂ ਗੱਲ ਹੁੰਦੀ ਹੈ ਉਦੋਂ ਇਹਨਾਂ ਦੀਆਂ ਅੱਖਾਂ ਬੰਦ ਕਿਉਂ ਹੋ ਜਾਂਦੀਆਂ ਨੇ ਇਨਦੇ ਕੰਨ ਨੇ ਜਿਹੜੇ ਉਦੋਂ ਕੰਨਾਂ ਤੋਂ ਇਹਨਾਂ ਨੂੰ ਸੁਣਨੋਂ ਹਟ ਜਾਂਦਾਗਾ ਉਹਨਾਂ ਦੇ ਬਰੀ ਇਹਨਾਂ ਦੇ ਜਿਹੜੇ ਜਵਾਨ ਦੇ ਵਿੱਚੋਂ ਇੱਕ ਲਬਜ ਵੀ ਨਹੀਂ ਨਿਕਲਦਾ ਅਸੀਂ ਮੋਰਚੇ ਦੇ ਵਿੱਚ ਡਟੇ ਹੋਏ ਆਂ ਤੇ ਮੋਰਚਾ ਹੈ ਲੰਮਾ ਸਮਾਂ ਚੱਲਣਾ ਕਿ ਜਿੰਨਾ ਚਿਕ ਬੰਦੀ ਸਿੰਘ ਛੱਡੇ ਨਹੀਂ ਜਾਂਦੇ ਗੁਰੂ ਗ੍ਰੰਥ ਸਾਹਿਬ ਦੇ 328 ਰੂਪ ਲਾਪਤਾ ਨੇ ਸਾਨੂੰ ਉਹਦਾ ਅਸੀਂ ਨਿਆਂ ਲੈਣਾਗਾ ਇਹਦੇ ਉੱਤੇ ਜਿਹੜੇ ਅੰਗ 파ੜੇ ਗਏ ਨੇ ਗੰਦੀਆਂ ਨਾਲੀਆਂ ਵਿੱਚ ਤੋਬਿਆਂ ਦੇ ਵਿੱਚ ਬਾਦਲ ਸਰਕਾਰ ਦੇ ਵੇਲੇ ਰੋਲੇ ਗਏ ਨੇ ਉਹ ਵੀ ਤਾਂ ਦੋਸ਼ੀ ਹੈਗੀ ਹੈਗੇ ਨੇ ਜਿਹੜੀਆਂ ਸੁਪਰੀਮ ਕੋਰਟ ਹਾਈ ਕੋਰਟ ਕਾਨੂੰਨ ਬਣਾਏ ਹੁੰਦੇ ਨੇ ਉਹਨਾਂ ਦਾ ਨਾਂ ਦੇਣਾ ਵੀ ਉਹ ਵੀ ਇੱਕ ਕਟੈਰੇ ਦੇ ਵਿੱਚ ਉਹਨਾਂ ਨੂੰ ਵੀ ਖੜਾ ਕਰਨਾ ਚਾਹੀਦਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਜਿਹੜੇ ਜੇਲ੍ਹਾਂ ਦੇ ਵਿੱਚ ਜਾਂਦੇ ਨਹੀਂ ਤੇ ਬੰਦੀ ਸਿੰਘ ਰਿਹਾਈ ਨਹੀਂ ਹੁੰਦੇ ਉਹਨਾਂ ਚਿਰ ਮੋਰਚਾ ਸਾਡਾ ਚੱਲੂਗਾ ਉਹ ਤੇ ਇੱਕ ਬਕਾਇਦਾ ਇੱਕ ਕਾਨੂੰਨ ਨਹੀਂ ਬਣਦਾ ਜਿਹੜਾ ਕੋਈ ਵਿਅਦਬੀ ਕਰਨ ਆਉਂਦਾ ਤਾਂ ਉਸ ਤੋਂ ਪਾਗਲ ਮਤਬੁੱਧੀ ਕਿਹਾ ਜਾਂਦਾ ਉਹਨਾਂ ਨੂੰ ਪਾਗਲ ਕਿਹਾ ਜਾਂਦਾ ਵੀ ਇਹਨੂੰ ਦੇਖੋ ਜਿਹਨੂੰ ਪਤਾ ਨਹੀਂ ਮਤਬੁੱਧੀ ਹੈ ਪਰ ਗੁਰੂਗ੍ਰਾਂਧ ਸਾਹਿਬ ਤੇ ਕਿਉਂ ਕਿਉਂ ਆ ਕੇ ਟੈਕ ਕਰਦੇ ਨੇ ਉਹਨਾਂ ਦੇ ਉੱਤੇ ਬਕਾਇਦਾ ਕਾਨੂੰਨ ਬਣਾਏ ਉਹਨਾਂ ਦੀ ਜਦੋਂ ਕੋਈ ਕੱਲ ਨੂੰ ਇਸ ਤਰ੍ਹਾਂ ਦੀ ਕਟਨਾਮਾ ਦਾ ਇੰਜਾਮ ਨਾ ਦੇ ਸਕੇ ਦੇਖੋ ਇਹਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਜਿੰਨੇ ਚਿਰ ਕਾਨੂੰਨ ਨਹੀਂ ਬੰਦਾ ਸੀ ਡਟੇ ਹੋਏ ਆ ਸਿਰ ਤੋਂ ਪਾਣੀ ਲੰਘ ਚੁੱਕਿਆ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਅਸੀਂ ਡਟੇ ਹੋਏ ਆ ਇਹਦਾ ਇਨਸਾਫ ਜਿੰਨੇ ਚੱਕ ਸਾਨੂੰ ਮਿਲਦਾ ਨਹੀਂ ਅਸੀਂ ਧੌਣ ਚੋਂ ਕਿਲਾ ਕੱਢ ਕੇ ਹਟਾਂਗੇ ਹੁਣ ਇੱਕ ਪਾਸਾ ਜੋ ਮਰਜ਼ੀ ਹੋ ਜਾਏ ਗੋਲੀਆਂ ਚਲਾਉਣ ਤੋਪਾਂ ਚਲਾਉਣ ਜੋ ਮਰਜ਼ੀ ਕਰ ਲੈਣ ਸਾਡਾ ਹੁਣ ਜਿਹੜਾ ਮੋਰਚਾ ਹੈਗਾ ਇਹ ਡਟ ਕੇ ਸੀ ਮੋਰਚੇ ਦਾ ਇਨਸਾਫ ਜਿਹੜਾ ਅਸੀਂ ਲੈਣਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਤੇ ਕਾਨੂੰਨ ਬਣੇ ਜਿਹੜੇ ਕੋਈ ਅੰਗ ਪਾੜਦੇ ਨੇ ਤੇ ਇਹਦੇ ਉੱਤੇ ਜਿੰਨੇ ਜੇਲ੍ਹਾਂ ਦੇ ਵਿੱਚ ਇਹਨਾਂ ਨੂੰ ਰਿਹਾਈ ਹੋਣੀ ਚਾਹੀਦੀ ਹੈ ਜਿਹੜੇ ਬਿਆਦਬੀ ਕਰਦੇ ਆ ਇਹ ਸਲਾਖਾਂ ਪਿੱਛੇ ਹੁਣ ਸਾਰੀ ਉਮਰ ਜੇਲ੍ਹ ਦੇ ਵਿੱਚ ਛੱਡਣ ਤੇ ਕਾਨੂੰਨ ਬਣਨਾ ਚਾਹੀਦਾ ਕومی사 ਮੋਰਚਿਨ ਨੂੰ ਲੈ ਕੇ ਬੰਦੀ ਸਿੰਘਾਂ ਤੇ ਜੋ ਸਾਫੀ ਕਾਫੀ ਸਮਾਂ ਲੰਬਾ ਹੋ ਚੁੱਕਾ ਹੈ ਉਹਨਾਂ ਨੂੰ ਹਲੇ ਤੱਕ ਨਹੀਂ ਛੱਡਿਆ ਜਾ ਰਿਹਾ ਮਤਲਬ ਛੱਡਿਆ ਗਿਆ ਬੰਦੀ ਸਿੰਘਾਂ ਨੂੰ ਤੇ ਹੁਣੇ-ਹੁਣੇ ਆਪਾਂ ਬਾਬਾ ਜੀ ਦੀ ਆਪਣੀ ਭਰਾਵੀ ਦੀ ਗੱਲ ਹੈ ਵੀ ਉਹਨਾਂ ਨੂੰ ਛੱਡ ਦਿੱਤਾ ਪੇ ਰੂਲ ਤੇ ਤੇ ਉਹਨਾਂ ਦੀ ਸਜ਼ਾ ਵੀ ਮਾਫ ਕਰ ਦਿੱਤੀ ਹੈ ਉਸ ਵਾਰ ਕੀ ਕਰਜੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਇਹਦੇ ਉੱਤੇ ਜਦੋਂ ਉਹਨਾਂ ਨੂੰ ਛੱਡਿਆ ਜਾਂਦਾ ਜਦੋਂ ਨੇਕਾ ਉਹਨਾਂ ਦੇ 400 ਮੁੰਡਾ ਉਹਨਾਂ ਨੇ 950 ਬਣਾਤਾ ਉਹਨਾਂ ਨੇ ਡੇਰੇ ਦੇ ਵਿੱਚ ਰੇਕਾ ਤਰ੍ਹਾਂ ਦੇ ਰੋਪ ਲੱਗੇ ਨੇ ਦਰਖਤ ਤੇ ਉੱਤੇ ਲਾਉਂਦਾ ਰਿਹਾ ਥੱਲੇ ਬੰਦੇ ਮਾਰ ਦੱਬ ਕੇ ਤੇ ਉਹ ਤੇ ਐਡੇ ਵੱਡੇ ਧਰਾਮਾ ਲੱਗਿਆ ਨੇ ਉਹਨੂੰ ਆਪਣੇ ਨੂੰ ਕਹਿ ਸਕਦੇ ਆ ਤੇ ਖਸਮ ਨੂੰ ਉਹ ਛੱਡ ਦਿੰਦੇ ਨੇ ਜਦੋਂ ਜਗਤਾਰ ਸਿੰਘ ਹਵਾਰੇ ਨੂੰ ਇੱਥੇ ਦੋ ਤਰੀਕ ਤੇ ਲਿਆਂਦਾ ਜਾਣਾ ਸੀ ਅੱਜ ਤੋਂ ਲੇਕਿ ਤਕਰੀਬਨ ਹੋ ਗਏ ਨੇ 15-16 ਦਿਨ ਉਹਦੋਂ ਕਹਿੰਦੇ ਸਾਡੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਜਿੱਦੋਂ ਉਹਦੇ ਥੋਡੇ ਖਸਮ ਨੂੰ ਲੈ ਕੇ ਆਉਣਾ ਪੈਂਦਾ ਸਰਸੇ ਵਾਲੇ ਸਾਥ ਨੂੰ ਕਹਿੰਦੇ ਹੋਂ ਜਦੋਂ ਉਹਨੂੰ ਸਿਕਿਉਰਿਟੀ ਦਾ ਪ੍ਰਬੰਧ ਵੀ ਹੋ ਜਾਂਦਾ ਉਹਦੇ ਹੈਲੀਕਾਪਟਰ ਦਾ ਪ੍ਰਬੰਧ ਵੀ ਹੋ ਜਾਂਦਾ ਜਿੱਦੇ ਸਾਡੇ ਬੰਦੀ ਸਿੰਘਾਂ ਦੀ ਗੱਲ ਹੁੰਦੀ ਹੈ ਤਾਂ ਉਹਦੇ ਕੋਲ ਥੋੜੇ ਕੋਲ ਸਿਕਿਉਰਟੀਆਂ ਵੀ ਮੁੱਕ ਜਾਂਦੀਆਂ ਥੋੜੇ ਕੋਲ ਹੈਲੀਕਾਪਟਰ ਦਾ ਪ੍ਰਬੰਧ ਵੀ ਨਹੀਂ ਹੁੰਦਾ ਜਦੋਂ ਉਹਨਾਂ ਨੂੰ ਲਿਆਉਣਾ ਪੈਂਦਾ ਉਹਦੇ ਲਈ ਹੈਲੀਕਾਪਟਰ ਵੀ ਲੱਭ ਜਾਂਦੇ ਨੇ ਇਹ ਕਿਤੇ ਨਾ ਕਿਤੇ ਸਾਡੇ ਨਾਲ ਸਿੱਖਾਂ ਨਾਲ ਕਿਉਂ ਅਨਸਾਫੀ ਹੋ ਰਹੀ ਹੈ ਅਸੀਂ ਹੁਣ ਆਰ ਪਾਰ ਦਾ ਕੰਮ ਜੋ ਵੀ ਹੋਵੇ ਅਸੀਂ ਇੱਥੇ ਡਟ ਕੇ ਬੈਠੇ ਆਂ ਦੇਖ ਸਾਨੂੰ ਸ਼ਾਂਤਮਈ ਦੇ ਦੇਣ ਸਾਨੂੰ ਤਾਂ ਵੀ ਚੰਗਾ ਹੈ ਨਹੀਂ ਜਿਵੇਂ ਚਾਹਿਆ ਤਾਂ ਉਸੇ ਕਰਨ ਨੂੰ ਤਿਆਰ ਹੁਣ ਇਹ ਦੂ ਕੱਲ੍ਹ ਕੋਮੀ 26 ਜਨਵਰੀ ਨੂੰ ਪ੍ਰੇਡ ਹੁੰਦੇ ਜਿੱਥੇ ਕਿ ਆਪਣਾ ਪੰਜਾਬ ਨੂੰ ਵੀ ਸ਼ਾਮਲ ਕੀਤਾ ਜਾਂਦਾ ਇਸ ਵਾਰ ਉਹਨਾਂ ਸ਼ਾਮਲ ਨਹੀਂ ਕੀਤਾ ਗਿਆ ਕੀ ਕਹੋਗੇ ਦੇਖੋ ਜਿਹੜਾ ਇਹ 26 ਜਨਵਰੀ ਨੂੰ ਇਹਨਾਂ ਨੇ ਪਰੇਡ ਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਜਦੋਂ ਕਿਸੇ ਬਾਹਰਲੇ ਦੇਸ਼ ਨਾਲ ਜਦੋਂ ਕਿਸੇ ਬਾਹਰਲੇ ਦੇਸ਼ ਨਾਲ ਇੰਡੀਆ ਦੀ ਝਟ ਪੈਂਦੀ ਆ ਬਾਰਡਰਾਂ ਤੇ ਹਨਾ ਜਾ ਉਹ ਦੇਸ਼ ਕੋਈ ਇਹਨਾਂ ਨਾਲ ਜ਼ੋਰ ਜ਼ਬਰਦਸਤੀ ਕਰਦੇ ਨੇ ਉੱਥੇ ਫਿਰ ਇਹ ਲਾ ਜਾ ਕੇ ਪੰਜਾਬ ਨੂੰ ਖੜਾ ਦਿੰਦੇ ਨੇ ਆ ਜਦ ਝਾਕੀਆਂ ਚੁਕੀਆਂ ਜੀਆਂ ਦੀ ਗੱਲ ਆਉਂਦੀ ਆ ਸਾਨੂੰ ਵੈਸੇ ਇਹਦੇ ਨਾਲ ਕੋਈ ਬਹੁਤਾ ਪ੍ਰਵਾਹ ਨਹੀਂ ਹੈ ਅਸੀਂ ਤਾਂ 26 ਜਨਵਰੀ ਦਾ ਉਹ ਰੋਸ ਮਾਰਚ ਕੱਢਣਾ ਹੀ ਕੱਢਣਾ। ਅਸੀਂ ਤਾਂ ਝਾਕੀ ਇੱਕ ਵਾਰ 26 ਜਨਵਰੀ ਨੂੰ ਦੀਪ ਸਿੱਧੂ ਉਹਨਾਂ ਨੇ ਲਾਲ ਕਿਲੇ ਤੇ ਝੰਡਾ ਚੜਾ ਕੇ ਦਿਖਾ ਦਿੱਤੀ ਨਾ। ਵੈਸੇ ਤਾਂ ਇਹ ਝਾਕੀ ਝੂਕੀ ਨਾਲ ਸਾਡਾ ਕੋਈ ਉਹ ਨਹੀਂ ਪਰ ਇਹਨਾਂ ਨੇ ਪੰਜਾਬ 'ਨਾ ਅਨਸਾਫ਼ ਨਹੀਂ ਕਦੇ ਵੀ ਕਰਦੇ ਜਾਤੀ ਕਰਦੇ ਨੇ। ਜਦੋਂ ਤਾਂ ਆਜ਼ਾਦੀ ਦੀ ਗੱਲ ਸੀਗੀ ਉਸ ਵੇਲੇ ਪੰਜਾਬੀ ਸਭ ਤੋਂ ਮੂਰੇ ਸੀ ਸਭ ਤੋਂ ਵੱਧ ਸ਼ਹਾਦਤਾਂ ਸਭ ਤੋਂ ਵੱਧ ਫਾਸੀਆਂ ਸਭ ਤੋਂ ਵੱਧ ਕਾਲੇ ਪਾਣੀ ਦੀਆਂ ਜੇੜਾਂ ਪੰਜਾਬੀਆਂ ਨੇ ਕਟੀਆਂ 90% ਤੋਂ ਵੱਧ ਜਦ ਇਹ ਝਾਕੀਆਂ ਦੀ ਗੱਲ ਆਉਂਦੀ ਹੈ ਫਿਰ ਇਹ ਕਹਿੰਦੇ ਨੇ ਜੀ ਇਤਕੀ ਉਹਦੀ ਨੀਤੀ ਪਾਈ ਇਤਕੀ ਉਹਦੀ ਨੀਤੀ ਪਾਈ ਫਿਰ ਬਾਰਡਰਾਂ ਤੇ ਵੀ ਇਸੇ ਤਰ੍ਹਾਂ ਕਰਿਆ ਕਰਨ ਕਿ ਏਨੇ ਪਰਸੈਂਟ ਪੰਜਾਬੀ ਲੜਨਗੇ ਏਨੇ ਪਰਸੈਂਟ ਬਾਕੀ ਦੇਸ਼ ਦੇ ਸਾਰੇ ਦੇ ਲੜਨਗੇ ਹੁਣ ਆ ਚੀਨ ਨੇ ਜਦ ਫੜੇ ਕੰਨ ਤੋਂ ਦਿੱਤੀ ਮਰੋੜੀ ਟੋਟਲੇ ਸਾਡੀਆਂ ਸਿੱਖ ਰੈਜਮੈਂਟਾਂ ਲਾਈਆਂ ਉੱਥੇ ਪਹਿਲਾਂ ਜਦੋਂ ਚਾਇਨਾ ਨੇ ਕੁਰਕੀ ਮਾਰੀ ਜਦ ਸਿੱਖ ਰੈਜਮੈਂਟਾਂ ਲਾਈਆਂ ਉਸ ਵੇਲੇ ਆਪਾਂ ਦੇਖਿਆ ਵੀ ਰਾਜਨਾਥ ਸਿੰਘ ਆਪ ਉਥੇ ਨਿਸ਼ਾਨ ਸਾਬ ਚੜਾਉਂਦਾ ਸੀ ਤੇ ਆਪ ਜਕਾਰੇ ਛੜਦਾ ਸੀ ਹਨਾ ਇਸ ਵਾਸਤੇ 47 ਤੋਂ ਲੈ ਕੇ ਅੱਜ ਤੱਕ ਕੌਮ ਨਾਲ ਕਦੇ ਵੀ ਇਨਸਾਫ ਨਹੀਂ ਹੋਇਆ ਹੁਣ ਕੌਮ ਖਾਸ ਕਰਕੇ ਪੰਜਾਬ ਦਾ ਨੌਜਵਾਨ ਜਾਰ ਇਹਨਾਂ ਦੀ ਧਘੇੜ ਚੱਲਣ ਦੇ ਮੂਡ 'ਚ ਨਹੀਂ ਹੈਗਾ 84 'ਚ ਇਹਨਾਂ ਨੇ ਸਾਡੇ ਨਾਲ ਜ਼ਾਤੀ ਕੀਤੀ ਉਸ ਵੇਲੇ ਸਾਡੇ ਨੌਜਵਾਨਾਂ ਨੇ ਹਥਿਆਰਮੰਦ ਸੰਘਰਸ਼ ਦੇ ਵਿੱਚ ਇਹਨਾਂ ਨੂੰ ਜਵਾਬ ਦੇਣਾ ਬਣਦਾ ਸੀ ਔਰ ਦਿੱਤਾ ਹੁਣ ਸੋਸ਼ਲ ਮੀਡੀਆ ਤੇ ਸ਼ਾਂਤਮਈ ਤਰੀਕੇ ਨਾਲ ਜੋ ਵੀ ਤਰੀਕਾ ਨਿਕਲੂਗਾ ਨੌਜਵਾਨ ਇਹਨਾਂ ਦਾ ਸੰਘਰਸ਼ ਕਰਨ ਦੇ ਮੂਡ 'ਚ ਹੈ ਔਰ ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਿਓ ਪੰਜਾਬ ਆਪਣੀਆਂ ਹੱਕਾਂ ਲਈ ਆਪਣੇ ਪੰਜਾਬ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵੱਡੇ ਸੰਘਰਸ਼ ਦੀ ਰੂਪਰੇਖਾ ਅਲਿੱਕੀ ਜਾ ਰਹੀ ਹੈ ਔਰ ਵੱਡਾ ਸੰਘਰਸ਼ ਕੌਮ ਲੜੂਗੀ ਬਾਬਾ ਜੀ ਨੇ ਕਿਹਾ ਬਾਬਾ ਜੀ ਕਿਸਾਨੀ ਮੋਰਚੇ 'ਚ ਵੀ ਸਾਡੇ ਨਾਲ ਸੀਗੇ ਦੀਪ ਸਿੱਧੂ ਬਾਈ ਦੇ ਅਸੀਂ ਸਾਰੇ ਇਕੱਠੇ ਹੀ ਸੀਗੇ ਇਹਨਾਂ ਨੇ ਜਿਹੜਾ ਕਿਹਾ ਕਿ ਇਨਸਾਫ ਨਹੀਂ ਹੋ ਰਿਹਾ ਵਾਕਈ ਇਨਸਾਫ ਨਹੀਂ ਹੋ ਰਿਹਾ ਪਰ ਸਾਨੂੰ ਇਨਸਾਫ ਲੈਣਾ ਵੀ ਆਉਂਦਾ ਹੱਕ ਲੈ ਲੈ ਵੀ ਆਉਂਦੇ ਹੱਕ ਲੈਣੇ ਵੀ ਆਉਂਦੇ ਨੇ ਗਰਦਨ ਤੇ ਗੋਡਾ ਰੱਖ ਕੇ ਲਵਾਂਗੇ ਲੇ ਲੜੀਆਂ ਨਹੀਂ ਕੱਢਦੇ ਇਹਨਾਂ ਦੇ ਮੂਰੇ ਜਾ ਕੇ ਨਾਚ ਨਹੀਂ ਕਰਦੇ ਜਿਵੇਂ ਉਹ ਕਰਦੇ ਨੇ ਸਾਡੇ ਪੋਲੀਟਿਸ਼ੀਅਨ ਪੰਜਾਬ ਦਾ ਜੇ ਪੱਠਾ ਬਿਠਾਇਆ ਸਾਡੇ ਪੋਲੀਟਿਸ਼ੀਅਨਾਂ ਨੇ ਬਿਠਾਇਆ ਉਹ ਚੋਰ ਲਟੇਰੇ ਆਪਾਂ ਪੋਲੀਟਿਸ਼ੀਅਨ ਅੱਗੇ ਕਰੇ ਹੋਏ ਨੇ ਇਸ ਕਰਕੇ ਉਹ ਦਿੱਲੀ ਦੇ ਹੱਥ ਟੋਕੇ ਨੇ ਦਿੱਲੀ ਦੇ ਸਾਹਮਣੇ ਖੜਨ ਦੀ ਉਹਨਾਂ ਦੀਆਂ ਲੱਤਾਂ 'ਚ ਜਾਨ ਨਹੀਂ ਹੈਗੀ ਤਾਂ ਪੰਜਾਬ ਦਾ ਔਰ ਸਿੱਖ ਕੌਮ ਦਾ ਨੁਕਸਾਨ ਹੋਇਆ ਪਰ ਹੁਣ ਪੰਜਾਬ ਦੀ ਨੌਜਵਾਨੀ ਪੜ੍ਹ ਲਿਖ ਗਈ ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਦੀਪ ਜਾਗਰਿਤ ਕਰ ਗਿਆ ਉਹੋ ਲੀਡਰਾਂ ਨੂੰ ਸਵਾਲ ਜਵਾਬ ਕਰਨ ਲੱਗੇ ਇੱਥੋਂ ਤੱਕ ਕੇ ਘੇਰਨ ਲੱਗੇ ਇੱਥੇ ਬਲਜੀਤ ਸਿੰਘ ਦਾਦੂਵਾਲ ਨੂੰ ਘੇਰਿਆ ਫਿਰ ਹਰਜਿੰਦਰ ਸਿੰਘ ਧਾਮੀ ਨੂੰ ਘੇਰਿਆ ਉਹਨਾਂ ਨੂੰ ਸਵਾਲ ਜਵਾਬੇ ਕਰਨੇ ਸੀ ਕੋਈ ਲੜਾਈ ਥੋੜੋ ਕਰਨੀ ਸੀ ਉਹ ਭੱਜ ਗਏ ਉਹ ਭੱਜ ਗਏ ਆਪਣੇ ਸਵਾਲਾਂ ਜਵਾਬਾਂ ਤੋਂ ਇਸੇ ਤਰ੍ਹਾਂ ਅੱਜ ਮੈਂ ਬੇਨਤੀ ਕੀਤੀ ਹੈ ਉਸ ਵੇਲੇ ਜਦੋਂ ਬਰਗਾੜੀ ਵਾਲਾ ਮੋਰਚਾ ਲੜਿਆ ਸੀ ਜਹਦਰ ਧਿਆਨ ਸਿੰਘ ਜੀ ਮੰਡ ਉਹਨਾਂ ਨੇ ਸਾਨੂੰ ਕਿਹਾ ਕਿ ਮੇਰੇ ਕੋਲ ਕੌਮ ਦਾ 22 ਲੱਖ ਰੁਪਈਆ ਹੈ ਉਹਨਾਂ ਨੂੰ ਵੀ ਤੁਹਾਡੇ ਚੈਨਲ ਰਾਹੀਂ ਬੇਨਤੀ ਕਰਦੇ ਆਂ ਕਿ ਜਿਹੜਾ 22 ਲੱਖ ਰੁਪਈਆ ਤੁਹਾਡੇ ਕੋਲ ਕੌਮ ਦਾ ਕੇਸ ਮੋਰਚੇ ਨੂੰ ਦਿਓ ਔਰ ਇਹ ਸ਼ੈੱਡ ਬਣੇ ਗੁਰੂਗ੍ਰੰਥ ਸਾਹਿਬ ਮਹਾਰਾਜ ਜਿੱਥੇ ਸ਼ਿਸ਼ੋਭਤ ਨੇ ਉੱਥੇ ਕੋਈ ਪਾਣੀ ਜਾਂ ਕੋਈ ਹੋਰ ਗੱਲਬਾਤ ਨਾ ਹੋ ਸਕੇ ਜਿਵੇਂ ਕੱਲ ਰਾਤ ਵੱਡੀ ਭਾਰੀ بارش ਹੋਈ ਹੈ ਉਹਦੇ ਵਿੱਚ ਕਾਫੀ ਤਹਸਨੈਸ ਹੋ ਗਿਆ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਮੋਰਚਾ ਫੇਰ ਚੜ੍ਹਦੀ ਕਲਾ ਚ ਐਡੀ ਭਾਰੀ بارش ਦੇ ਬਾਵਜੂਦ ਵੀ ਉਹ ਜਿਹੜੇ ਪੈਸੇ ਨੇ ਧਿਆਨ ਸਿੰਘ ਮੰਡੋਣਾ ਕੋਲੋਂ ਉਹ ਆ ਕੇ ਬਾਇਜਤ ਉਰੇ ਪੈਸੇ ਇੱਥੇ ਰੱਖ ਕੇ ਮੱਥਾ ਟੇਕ ਕੇ ਜਾਣ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹ ਮੋਰਚੇ ਦੇ ਪੈਸੇ ਨੇ ਕੌਮ ਦੇ ਪੈਸੇ ਨੇ ਔਰ ਧਿਆਨ ਸਿੰਘ ਮੰਡੋਣਾ ਨੇ ਇਹ ਗੱਲ ਸਾਨੂੰ ਆਪ ਸਾਡੇ ਘਰ ਆ ਕੇ ਕਹੀ ਹੈ ਵੀ ਮੇਰੇ ਕੋਲ ਕੌਮ ਦਾ 2 ਲੱਖ ਰੁਪਈਆ ਤੇ ਹੁਣ ਉਹਨਾਂ ਨੂੰ ਸਭ ਤੋਂ ਵਧੀਆ ਮੌਕਾ ਹੈ ਇੱਕ ਤਾਂ ਉਹਨਾਂ ਦੀ ਇੱਜ਼ਤ ਵੀ ਬਚ ਜੂ ਇੱਜ਼ਤ ਬਚ ਜੂ ਵੀ ਜਿਹੜਾ ਆਪਦੇ ਮੂੰਹੋਂ ਬੋਲਿਆ ਉਹ ਤਾਂ ਦੋ ਨਾ ਜਿਹੜਾ ਤੁਸੀਂ ਹੋਇਆ ਹੋਰ ਜਿਹੜਾ ਸੁਹਾ ਆਖੇ ਹੋਇਆ ਉਹਦਾ ਛੱਡੋ ਜਿਹੜੇ ਤੁਸੀਂ ਆਪ ਕਹਿੰਦੇ ਹੋ ਮੇਰੇ ਕੋਲ ਕੌਮ ਦਾ ਰੁਪਈਆ ਹੈਗਾ ਉਹ ਆ ਕੇ ਇੱਥੇ ਉਹਨਾਂ ਨੂੰ ਦੇਣਾ ਚਾਹੀਦਾ ਮੋਰਚਾ ਪੂਰੀ ਚੜ੍ਹਦੀ ਕਲਾ ਚਾ ਜੀ ਕੱਲ ਨੂੰ ਸਾਰੀ ਸਿੱਖ ਸੰਗਤ ਨੂੰ ਬੇਨਤੀ ਆ ਨਿਮਰਤਾ ਸਹਿਤ ਕਿ ਉਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਥੱਲੇ ਪੂਰਨ ਰੂਪ ਵਿੱਚ ਪੰਥਕ ਮੋਰਚਾ ਪੰਥਕ ਮੰਗਾਂ ਨੇ ਪੰਜਾਬ ਦੀਆਂ ਮੰਗਾਂ ਨੇ ਸਾਰੀ ਸੰਗਤ ਸਿੱਖ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੰਨਣ ਵਾਲੇ ਸਾਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਉਰੇ ਆਓ ਆ ਕੇ ਮੋਰਚੇ ਚ ਸ਼ਮੂਲੀਅਤ ਕਰੋ ਜਿਹੜੀ 26 ਵਾਲੀ ਪ੍ਰੇਡ ਹੈ ਉਥੇ ਕਰਨਗੇ ਖਾਲਸਾ ਪੰਥ ਆਪਣੀ ਇੱਥੇ ਕਰੂਗਾ ਖਾਲਸਾ ਪੰਥ ਉਹਨਾਂ ਦੀ ਉਹ ਪ੍ਰੇਡ ਪ੍ਰੂਟ ਤੋਂ ਅਸੀਂ ਕੁਝ ਨਹੀਂ ਲੈਣਾ ਉਹ ਪੰਜਾਬ ਨੂੰ ਹੁਣ ਆਪਣਾ ਸਮਝਦੇ ਨਹੀਂ ਉਹ ਸਾਡੇ ਨਾਲ ਬੈਠ ਕੇ ਗੱਲਬਾਤ ਕਰਨ ਜੇ ਉਹ ਪ੍ਰੇਡ ਚੋਂ ਸਾਨੂੰ ਕੱਢਿਆ ਹੋਰਾਂ ਗੱਲਾਂ ਚੋਂ ਪੰਜਾਬ ਨੂੰ ਬਾਹਰ ਤੱਕ ਰਹੇ ਨੇ ਉਰੇ ਸਾਡੇ ਕਬਜ਼ੇ ਕਰ ਰਹੇ ਨੇ ਬੰਦੇ ਦੇ ਪੁੱਤ ਬਣ ਕੇ ਉਹ ਸਾਰੇ ਸਾਡੇ ਛੱਡਣ ਤੇ ਨਹੀਂ ਖਾਲਸਾ ਪੰਥ ਸਿੱਖ ਕੌਮ ਆਰ ਪਾਰ ਦੀ ਲੜਾਈ ਲੜਨ ਨੂੰ ਤਿਆਰ ਹੈ ਦਾਦਾ ਜੀ ਹੁਣੇ-ਹੁਣੇ ਪਿੱਛੇ ਜੇ ਇੱਕ ਬਾਬਾ ਜੀ ਦਾ ਬਿਆਨ ਆਇਆ ਵਰਗਵੀਸ਼ਰ ਆਹ ਕੋਈ ਬੱਬਾ ਜੀ ਨੇ ਤੇ ਉਹ ਕਹਿ ਰਹੇ ਨੇ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਮੇਰਾ ਸਾਥ ਦਿਓ ਉਸ ਬਾਰੇ ਕੀ ਕਹੋਗੇ ਜੁੱਤੀਆਂ ਦੀ ਘਾਟ ਹੈ ਜੀ ਉਹਨੂੰ ਉਹਦਾ ਸਿਰ ਪਹਿਲਾਂ ਹੀ ਗੰਜਾ ਹੈ ਹੁਣ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਉਹਨੂੰ ਗੰਜਾ ਕਰ ਦਾਂਗੇ ਅਸੀਂ ਉਹ ਬਣਾ ਲੂਗਾ ਹਿੰਦੂ ਰਾਸ਼ਟਰ ਐਨੇ ਜੋਗਾ ਹੈਗਾ ਉਹ ਸਾਥ ਇਹ ਤਾਂ ਉਹੀ ਨੇ ਯਾਰ ਸਿਕਿਉਰਟੀਆਂ ਸਿਕਿਉਰਟੀਆਂ ਲੈਣ ਵਾਲੇ ਮਸਟੰਡੇ ਇਕੱਠੇ ਹੋਏ ਹੋਏ ਕੀ ਉਹ ਸਾਥ ਦੇ ਪੱਲੇ ਆ ਕੇ ਇੱਥੇ ਹਿੰਦੂ ਰਾਸ਼ਟਰ ਦਾ ਨਾਮ ਲੈ ਕੇ ਦਿਖਾਵੇ ਸਾਰੇ ਪੰਜਾਬ ਚ ਸਿਕਿਉਰਟੀ ਨਾਲ ਲੈ ਕੇ ਆਵੇ ਆ ਜੀ ਜਿਹਨਾਂ ਦੇ ਸਿਰ ਤੇ ਉਹ ਬੁੜਕਾ ਮਾਰਦਾ ਗੰਜੇ ਗੰਜੇ ਜਿਹਨੇ ਪੰਚਾਇਰਕ ਉਹਨਾਂ ਨੂੰ ਲਿਆਵੇ ਹੋਰ ਜਿਹੜਾ ਉਹਦੇ ਕੋਲ ਜਿਹਨੂੰ ਜਾਦੇ ਹਿੰਦੂ ਰਾਸ਼ਟਰ ਦਾ ਚੌ ਚੜਿਆ ਹੋਇਆ ਉਹਨੂੰ ਲਿਆਵੇ ਸ਼ੰਭੂ ਸਾਨੂੰ ਦੱਸ ਦੇਵੇ ਜਿੱਦਣ ਆਉਣਾ ਹੈ ਸ਼ੰਭੂ ਇਹ ਉਹਦਾ ਚੌ ਲਾ ਦਾਂਗੇ ਹਿੰਦੂ ਰਾਸ਼ਟਰ ਵਾਲੇ ਦਾ ਉਹਨੂੰ ਆਏ ਆ ਵੀ ਮੈਂ ਨਰਿੰਦਰ ਮੋਦੀ ਦੇ ਭਾਗਵਤ ਉਹਨਾਂ ਦੇ ਨੇੜੇ ਚਲੇ ਜਾਵਾਂ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਉਹੀ ਬਣ ਜੂਗਾ ਯਾਰ ਸਿੱਖ ਕੌਮ ਇਸ ਦੇਸ਼ ਦੇ ਵਿੱਚ ਹੈ ਹਲੇ ਠੀਕ ਹੈ ਹਿੰਦੂ ਰਾਸ਼ਟਰ ਜਿੰਨਾ ਚਿਰ ਸਿੱਖ ਕੋਮ ਗੁਰੂ ਗਮਿੰਤ ਸਿੰਘ ਮਹਾਰਾਜ ਦੀ ਇਸ ਦੇਸ਼ ਦੇ ਵਿੱਚ ਹੈ ਹਿੰਦੂ ਰਾਸ਼ਟਰ ਨਹੀਂ ਬਣ ਸਕਦਾ ਪੰਜਾਬ ਤੋਂ ਬਾਹਰ ਬਾਹਰ ਬਣਾ ਲੈਣ ਹਿੰਦੂ ਰਾਸ਼ਟਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਫਦਾਲੀ ਹਣੀ ਇਸ ਦੇਸ਼ ਤੇ ਸਾਰੀ ਉਮਰ ਰਾਜ ਕਰ ਸਕਦੇ ਸੀ ਜੇ ਸਿੱਖਾਂ ਨਾ ਪੰਗੇ ਨਾ ਲੈਂਦੇ ਅਫਦਾਲੀ ਦੇ ਘੋੜਿਆਂ ਦੀਆਂ ਨਕੇਲਾਂ ਸਿੱਖਾਂ ਨੇ ਫੜੀਆਂ ਇੰਦਰਾ ਗਾਂਧੀ ਸਾਰੀ ਉਮਰ ਇਸ ਦੇਸ਼ ਤੇ ਰਾਜ ਕਰ ਸਕਦੀ ਸੀ ਜੇ ਸਿੱਖਾਂ ਨਾਲ ਪੰਗਾ ਨਾ ਲੈਂਦੀ ਆ ਜਿਹੜੇ ਟੁੱਟੇ ਭੱਜੇ ਜੇ ਕਾਨੂੰਨ ਨਰਿੰਦਰ ਮੋਦੀ ਉਹਨਾਂ ਨੇ ਬਣਾਏ ଥି ਇਹ ਕੱਲਾ ਇਹ ਕਹਿ ਦਿੰਦੇ ਵੀ ਅਸੀਂ ਪੰਜਾਬ 'ਚ ਲਾਗੂ ਨਹੀਂ ਕਰਨੇ ਸਾਰੇ ਆਪਣੇ ਰਾਸ਼ਟਰ 'ਚ ਜਿਹੜਾ ਇਹ ਕਹਿੰਦੇ ਨੇ ਬਣਾਉਣ ਨੂੰ ਲਾਗੂ ਕਰ ਲੈਂਦੇ ਕਿਸੇ ਨੇ ਸੀ ਰੋਕ ਨਹੀਂ ਸੀ ਰੋਕਣਾ ਹਨਾ ਜਿਹੜੀ ਕੌਮ ਐਡੇ ਐਡੇ ਤਖਤਾਂ ਨਾਲ ਟਕਰਾਈ ਹੋਵੇ ਆ ਦੋ ਦੋ ਟਕੇ ਦੇ ਸਾਧਾਂ ਤੋਂ ਡਰ ਜੂਗੀ ਯਾਰ ਸਿਰ ਭੰਨ ਦਾਂਗੇ ਇਹਦਾ ਸਾਦਾ ਇਹ ਕੌਮ ਤਾਂ ਇਹ ਜੀ ਹੈ ਜਦ ਅਸੀਂ ਪੜਦੇ ਹੁੰਦੇ ਸੀ ਨਾ ਜੇ ਕੋਈ ਉਸਤਰੇ ਨਾਲ ਸਿਰ ਮਨਾਇਆ ਹੁੰਦਾ ਹੁੰਦਾ ਸੀ ਉਹਦੇ ਨਾਲ ਦੇ ਜਦ ਬੱਚੇ ਹੀ ਹੁੰਦੇ ਸੀ ਉਹਦੇ ਠੋਲੇ ਮਾਰੀ ਜਾਂਦੇ ਹੁੰਦੇ ਸੀ ਹਨਾ ਉਹਦੇ ਵਾਲ ਕੋਈ ਹੁੰਦਾ ਨਹੀਂ ਸੀ ਉਹ ਉੰਨਾ ਚਿਰ ਘਰੋਂ ਨਹੀਂ ਸੀ ਨਿਕਲਦਾ ਜਿੰਨਾ ਚਿਰ ਵਾਲ ਨਹੀਂ ਤੇ ਹੁੰਦੇ ਇਹ ਗੰਝੇ ਗੰਝੇ ਜਿਹੜੇ ਬੜ ਬੜੀਆਂ ਗੱਲਾਂ ਕਰਦੇ ਨੇ ਨਾ ਇਹ ਸਿਕਿਉਰਟੀਆਂ ਛੱਡ ਕੇ ਕਿਤੇ ਆਉਣ ਤਾਂ ਸਹੀ ਕਿਸ ਕੋਈ ਤੋਪ ਨਹੀਂ ਚੱਕਦੇ ਕੋਈ ਹਥਿਆਰ ਨਹੀਂ ਚੱਕਦੇ ਕੋਈ ਡੰਡਾ ਨਹੀਂ ਚੱਕਦੇ ਕੋਈ ਸੀਰੀ ਸਾਹਿਬ ਨਹੀਂ ਚੱਕਦੇ ਇਹਨਾਂ ਦਾ ਹਿੰਦੂ ਰਾਸ਼ਟਰ ਤਾਂ ਠੋਲੇ ਮਾਰ ਮਾਰੇ ਬਣਾ ਦਾਂਗੇ ਅਸੀਂ ਇਹ ਕਿਹੜੇ ਬਾਗ ਦੀ ਮੂਲੀ ਨੇ ਯਾਰ ਤਿੰਨਾ ਚ ਨਹੀਂ 13 ਚ ਨਹੀਂ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਇਹਨਾਂ ਦੇ ਬਾਪ ਦਾ ਦੇਸ਼ ਆ ਇਹ ਵੀ ਜੋ ਇਹ ਕਹਿਣਗੇ ਓਕਣੇ ਕਰ ਲੈਣਗੇ ਇਹ ਕਾਸੇ ਜੋਗੇ ਨਹੀਂ ਹੈਗੇ ਇੰਡੀਅਨ ਸਟੇਟ ਦੇ ਧੱਲੇ ਨੇ ਉਹਨਾਂ ਦਾ ਦਲਪਣਾ ਕਰਦੇ ਨੇ ਉਹਨਾਂ ਦੀਆਂ ਜੁੱਤੀਆਂ ਚੱਟਦੇ ਨੇ ਫਿਰ ਜੁੱਤੀਆਂ ਸਿੱਖਾਂ ਤੋਂ ਖਾਂਦੇ ਨੇ ਇੱਕ ਤੁਸੀਂ ਹੋਰ ਗੱਲ ਦੇਖੋ ਕਿੰਡੀ ਤਰਾਸਦੀ ਹੈ ਜਿਹੜੇ ਸਾਧ ਨੂੰ 10 ਬੰਦੇ ਮੱਥਾ ਟੇਕਣ ਲੱਗ ਜਾਂਦੇ ਨੇ ਨਾ ਫਿਰ ਸਿੱਖਾਂ ਖਿਲਾਫ ਇਹ ਬੋਲਦਾ ਇੱਥੋਂ ਇਹ ਸਾਬਤ ਹੁੰਦਾ ਕਿ ਫਿਰ ਇੰਡੀਅਨ ਸਟੇਟ ਨੂੰ ਬੁਲਾਉਂਦੀ ਐ ਕਿ ਇਹ ਤੈਨੂੰ ਜਵਾਬ ਦੇਣਗੇ ਫਿਰ ਰੋਂਦੇ ਨੇ ਫਿਰ ਕਮਰਿਆਂ 'ਚ ਇਹਨਾਂ ਨੂੰ ਉਡਾ ਦਿੰਦੀ ਆ ਪੁਲਿਸ ਵੀ ਬਾਹਰ ਥੋੜੀ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਅਸੀਂ ਨਹੀਂ ਸਾਂਭ ਸਕਦੇ ਤੁਹਾਨੂੰ ਸੂਰੀ ਥੋੜਾ ਰੌਲਾ ਪਾਉਂਦਾ ਦੀ ਕੌਮ ਦੇ ਖਿਲਾਫ ਥੋੜਾ ਭੌਂਕਦਾ ਦੀ ਕੁੱਤੇ ਮੰਗ ਸਾਰੀ ਹਿੰਦੂ ਕੌਮ ਨੇ ਇਹ ਗੱਲ ਕਹਿਤੀ ਵੀ ਜੇ ਉਹ ਵੱਧ ਘੱਟ ਬੋਲਦਾ ਸੀ ਉਸ ਕਰਕੇ ਸੂਰੀ ਮਰਿਆ ਹੋਰ ਕੋਈ ਲੜਾਈ ਨਹੀਂ ਸੀ ਉਹਦੇ ਨਾਲ ਸਾਡੀ ਉਹਦੇ ਨਾਲ ਕੀ ਲੜਾਈ ਸੀ ਇਹਨਾਂ ਤੋਂ ਅਸੀਂ ਲੈਣਾ ਵੀ ਕੀ ਹੈ ਹੈਨਾ ਇਹਨਾਂ ਨੇ ਇਹ ਗੱਲਾਂ ਉਰੇ ਹਿੰਸਾ ਫਲਾਉਣੀ ਚਾਹੁੰਦੇ ਨੇ ਹੁਣ ਸਾਡਾ ਨੌਜਵਾਨ ਵੀ ਤੇ ਸਾਰੀ ਕੌਮ ਜਾਗਰਤ ਹੈ ਜੀ ਆਪਣੇ ਹੱਕਾਂ ਲਈ ਹਮੇਸ਼ਾ ਖੜੇ ਸੀ ਸਦਾ ਖੜੇ ਰਹਾਂਗੇ ਹੱਕ ਲੈਣੇ ਹੀ ਲੈਣੇ ਨੇ ਬੰਦੇ ਬਣ ਕੇ ਦੇ ਦੇਣ ਨਹੀਂ ਕਰ ਦੇਣ ਤੇ ਗੋਡਾ ਆ ਰੱਖਤਾ ਕੌਮ ਨੇ ਇਹ ਜਦ ਚੱਕਣਾ ਹੈ ਜਦ ਹੱਕ ਮਿਲ ਗਏ ਜੋ ਕਹਿਣਾ ਜੀ ਆਪਾਂ ਇਹਨਾਂ ਨੂੰ ਹਿੰਦੂ ਰਾਸ਼ਟਰ ਦਿੱਤਾ ਤੇ ਤੁਹਾਨੂੰ ਆਪਣਾ ਖਾਲਸਾ ਰਾਜ ਦਿੱਤਾ ਜਾਂਦਾ ਤਾਂ ਤੁਸੀਂ ਖੁਸ਼ ਹੋ ਇਸ ਲਈ ਬਿਲਕੁਲ ਜੀ ਇਦੋਂ ਹੋਰ ਪਰੇ ਕੀ ਖੁਸ਼ੀ ਹੋਊਗੀ ਕੋਈ ਸਾਡੀ ਲੜਾਈ ਨਹੀਂ ਕੋਈ ਝਗੜਾ ਨਹੀਂ ਠੀਕ ਹੈ ਸਾਡੇ ਨਾਲ ਬੈਠ ਕੇ ਗੱਲਬਾਤ ਕਰਨ ਜੋ ਸਾਡਾ ਸਾਨੂੰ ਦੇ ਦੇਣ ਆਪਣਾ ਸਾਰਾ ਬਣਾ ਲੈਣ ਹਿੰਦੂ ਰਾਸ਼ਟਰ ਅਸੀਂ ਕੀ ਲੈਣਾ ਸਾਡਾ ਤਾਂ ਜਿੰਨਾ ਸਾਡਾ ਹੱਕ ਬਣਦਾ ਸਾਡਾ ਉਨਾ ਸਾਨੂੰ ਦੇ ਦੇਣ ਬਾਕੀ ਬਣਾਉਦੇ ਰਹਿਣ ਕੁਸ ਬਣਾਈ ਜਾਣ ਅਸੀਂ ਕੀ ਲੈਣਾ ਇਹਨਾਂ ਤੋਂ ਦੇ ਵੀ ਪੁੱਛ ਸਿਪਸੈਨਾ ਵਾਲੇ ਵੀ ਕਹਿੰਦੇ ਸੀ ਇਹ ਤਾਂ ਉੱਥੇ ਉਹੀ ਬੈਠੇ ਨੇ ਜੀ ਅਸੀਂ ਬੰਦੀ ਸਿੰਘਾਂ ਤੇ ਰਿਆਹ ਨੂੰ ਲੈ ਕੇ ਇਹਨਾਂ ਨੂੰ ਤਾਂ ਚਿੱਕਾ ਘੜਾ ਦੇਾਂਗੇ ਜਿਵੇਂ ਕਰਦਾਂਗੇ ਲੈ ਉਹਨਾਂ ਦੀ ਐਸਸੀ ਕੀ ਤੇ ਐਸਸੀ ਉਹਨਾਂ ਦੀ ਹੈਗੇ ਉਹ ਇਹਨੇ ਚੋਗੇ ਲਿਆ ਜਿਹੜੇ ਲਿਆਉਣੇ ਨੇ ਸਾਰੀ ਸਿਪਸੈਨਾਂ ਵਾਲੇ ਜਿੰਨੇ ਪੰਜਾਬ ਚ ਨੇ ਲਿਆਓ ਜੀ ਆਪ ਪੰਜ ਨੌਜਵਾਨ ਭੇਜ ਦਾਂਗੇ ਚੁਣ ਕੇ ਜੇ ਇੱਕ ਵੀ ਸਿਪਸੈਨਾਂ ਵਾਲਾ ਚੰਡੀਗੜ੍ਹ ਮਹਾਲੀ ਚ ਲੱਭ ਗਿਆ ਜਿਹੜਾ ਖੜਾ ਹੀ ਰਹਿ ਗਿਆ ਤਾਂ ਜਿਵੇਂ ਉਹ ਕਹਿਣਗੇ ਅਸੀਂ ਕਰ ਲਾਂਗੇ ਪਰ ਭੱਜਣ ਨਾ ਆਲੇ-ਦਾਲੇ ਤਾਰ ਲਾ ਦਿਓ ਜਿੰਨੇ ਵੀ ਇਹ بڑے-ਬڑے ਸਿਰਾਂ ਵਾਲੇ ਕੋਰੋਂ ਜਰੂਰ ਲਿਆਓ ਐਡਾ ਸਿਰਾਂ ਦਾ ਗੰਜਾ ਹਨਾ ਇਹ ਰੋਜ ਥਾਪੀਆਂ ਮਾਰੀ ਜਾਂਦਾ ਉਹਨੇ ਤਾਂ ਇੱਕ ਨਵੀਂ ਉਹ ਪਤੰਦਰ ਨੇ ਬਖੇੜਾ ਖੜਾ ਕਰਤਾ ਕੌਮ ਦੇ ਵਿੱਚ ਖਾਸ ਕਰ ਜ਼ਿਮੀਦਾਰੇ ਭਾਈ-ਭਾਈ ਚ ਭਾਈਚਾਰੇ ਚ ਇੱਕ ਪਾਸੇ ਤਾਂ ਉਹ ਕਹੀ ਜਾਂਦਾ ਮੈਂ Hindu ਆ Hindu ਐ ਪਰਸੋਂ ਚੁੱਥੇ ਦਾ ਥਾਪੀਆਂ ਮਾਰਦਾ ਇੱਕ ਕੋਟ ਪਾਇਆ ਹੋਇਆ ਬੜਾ ਸਾਰਾ ਬੰਗਾਲੀਆ ਮੰਗ ਕਹਿੰਦਾ ਮੈਂ ਜੱਟ ਦਾ ਪੁੱਤ ਆ ਸ਼ੱਕ ਸਾਨੂੰ ਸੜੀ ਪਹਿਲਾਂ ਹੀ ਧੀ ਵੀ ਕੋਈ ਗੜਬੜ ਹੈਗੀ ਐ ਸਾਨੂੰ ਸ਼ੱਕ ਪਹਿਲਾਂ ਹੀ ਦੀ ਸਾਲੀ ਇਹ ਵੀ ਇਹ ਸਾਨੂੰ ਥਾਪੀਆਂ ਕਾਤੇ ਮਾਰਦਾ ਚਲੋ ਕੋਈ ਗੱਲ ਨਹੀਂ ਜੀ ਜੇ ਕਿਸੇ ਜ਼ਿੰਮੇਦਾਰ ਭਰਾ ਤੇ ਕੋਈ ਗਲਤੀ ਕਈ ਵਾਰ ਹੋ ਜਾਂਦੀ ਹੈ ਜਾਣੇ ਅਣਜਾਣੇ ਚ ਹਨਾ ਤੇ ਉਹਨੂੰ ਜ਼ਰੂਰ ਲਿਆਓ ਫਿਰ ਦੱਸਾਂਗੇ ਉਹਨੂੰ ਪਤਾ ਵੈਸੇ ਦਾ ਚਲੋ ਹੁਣ ਜਦ ਉਹਨੇ ਭਾਈ ਚਾਰਾ ਹੀ ਅਡਾਪਟ ਕਰ ਲਿਆ ਉਹ ਆਪੇ ਮੰਨ ਗਿਆ ਕਹਿੰਦਾ ਉਹਨੇ ਸਾਰੇ ਬਲਡ ਨੂੰ ਇਹ ਦੱਸਤਾ ਸ਼ੱਕ ਸੀਗੀ ਸਾਨੂੰ ਵੀ ਇੰਨੀਆਂ ਥਾਪੀਆਂ ਸਾਨੂੰ ਕਾਤੇ ਮਾਰਦਾ ਮੈਂ ਸ਼ੇਰ ਆ ਮੈਂ ਸ਼ੇਰ ਆ ਕਹਿ ਕੇ ਹੁਣ ਤਾਂ ਉਹਨੇ ਕਹਿ ਦਿੱਤਾ ਜੀ ਮੈਂ ਜੱਟ ਦਾ ਪੁੱਤ ਐ ਉਹਨੂੰ ਜਾ ਕੇ ਸਮਝਾ ਕੇ ਆਇਓ ਹਨਾ ਇਹ ਗੱਲ ਦੱਸਿਓ ਵੀ ਕੋਈ ਗੱਲ ਨਹੀਂ ਭਾਈ ਚਾਰਹੀ ਆ ਹੁਣ ਤਾਂ ਹਨਾ ਇਸ ਨੂੰ ਜਰੂਰ ਸਮਝਾਵਾਂਗੇ ਉਹਨੂੰ ਹਾਂ ਹਾਂ ਉਹਨੂੰ ਸਮਝਾਇਓ ਜਰੂਰ ਚਲੋ ਠੀਕ ਐ ਜੀ ਬਾਕੀ ਚੜਦੀ ਕਲਾ ਚ ਮੋਰਚਾ ਹੈ ਗੁਰੂ ਸਾਹਿਬ ਆਪ ਗਵਾਈ ਕਰ ਰਹੇ ਨੇ ਸਿੱਖ ਨੌਜਵਾਨੀ ਦੇਖੋ ਸੰਗਤ ਵੱਡੀ ਗਿਣਤੀ ਚ ਆ ਰਹੀ ਐ ਹਨਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਆ ਰਹੀ ਐ ਤੇ ਮੋਰਚਾ ਕੌਮ ਜਿੱਤੂਗੀ ਹਾਰਨ ਲਈ ਮੋਰਚਾ ਨਹੀਂ ਲਾਇਆ ਕੋਈ ਲੀਡਰ ਨਹੀਂ ਮੋਰਚੇ 'ਚ ਸਪਸ਼ਟ ਹੈ ਆ ਸੰਗਤ ਚਿੰਨੀ ਆ ਖੜੀ ਆ ਕਮਾਓ ਜੀ ਵਾਲੇ ਵਾਲੇ ਕੈਮਰਾ ਸਾਰੀ ਸਾਰੀ ਇਹ ਸੰਗਤ ਹੈ ਸਾਰੀ ਇਹ ਸੰਗਤ ਹੀ ਮੋਰਚੇ ਦੀ ਗਵਾਹੀ ਕਰਦੀ ਆ ਕੋਈ ਲੀਡਰ ਨਹੀਂ ਜੀ ਜੋ ਸੰਗਤ ਕਹੂਗੀ ਉਹ ਹੋਊਗਾ ਆਖਰੀ ਮੋਰਚਾ ਕੌਮ ਦਾ ਤਨ ਮਨ ਧਨ ਸਾਰਾ ਕੁਛ ਲਾ ਦੇਾਂਗੇ ਮੋਰਚਾ ਜਿੱਤਣਾ ਡਟ ਕੇ ਰਹਿਣਾ ਮੀਂਹ ਆਵੇ ਨੇਰੀ ਆਵੇ ਤੂਫਾਨ ਆਵੇ ਧੁੱਪ ਹੋਵੇ ਛਾਂ ਹੋਵੇ ਆਰ ਪਾਰ ਦੀ ਲੜਾਈ ਲੜਾਂਗੇ ਇਹਨਾਂ ਦੀਆਂ ਐਸੀਆਂ ਚੀਕਾਂ ਕਢਾਵਾਂਗੇ ਜਿਹੜੀਆਂ ਅਫਗਾਨਿਸਤਾਨ ਤੱਕ ਸੁਣਨਗੀਆਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਬਹੁਤ ਵਧੀਆ ਗੱਲਾਂ ਕਹੀਆਂ ਪਰ ਮੈਂ ਭਾਈ ਸਾਹਿਬ ਦੀ ਇੱਕ ਗੱਲ ਨਾਲ ਸਹਿਮਤ ਨਹੀਂ ਹੈਗਾ ਕਿ ਸਾਰੇ ਰਾਏ ਪੰਜਾਬ ਦਾ ਪੰਜਾਬ ਨੂੰ ਦੇ ਦਿਓ ਬਾਕੀ ਸਾਰਾ ਵੰਡ ਲਓ ਮੈਂ ਦੱਸਦਾ ਕਿਉਂ ਸਹਿਮਤ ਨਹੀਂ ਹਾਂ ਮੇਰੀ ਗੱਲ ਸਮਝੋ ਜਰਾ ਮੇਰੇ ਮੈਂ ਦਿੱਲੀ ਤੋਂ ਆਇਆ ਮੇਰੇ ਫਾਦਰ ਮੇਰੇ ਗ੍ਰੇਟ ਗ੍ਰੈਂਡ ਫਾਦਰ ਸੀ ਉਹ ਕੁਕਾ ਲਹਿਰ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਇੱਥੇ ਕੀ ਕਹਿੰਦੇ ਆ ਤੋਪ ਦੇ ਅੱਗੇ ਰੱਖ ਕੇ ਉਡਾਇਆ ਸੀ ਇਹ ਗੱਲ ਸੋਚਣੀ ਹੁੰਦੀ ਤਾਂ ਉਹ ਇੱਕ ਵੀ ਸ਼ਹਾਦਤ ਨਾ ਦਿੰਦੇ ਜੀ ਠੀਕ ਹੈ ਸਾਡੀ ਸ਼ਹਾਦਤ ਇਸ ਦੇਸ਼ ਵਾਸਤੇ ਆ ਇਸ ਕੌਮ ਵਾਸਤੇ ਆ ਸਾਡੀ ਸਾਡੇ ਗੁਰੂਆਂ ਦੀ ਸ਼ਹਾਦਤ ਸਾਡੇ ਬੜਿਆਂ ਦੀ ਸ਼ਹਾਦਤ ਕਿ ਅੱਗੇ ਆਣ ਵਾਲੀ ਨਸਲਾਂ ਸ਼ਹਾਦਤ ਨਾ ਦੇਣ ਸਾਡੀ ਸ਼ਹਾਦਤ ਇਜ਼ ਇਨਫ ਪਰ ਜਿਹੜੀ ਮੌਜੂਦਾ ਸਰਕਾਰ ਹੈ ਹਕੂਮਤ ਨੇ ਇਹ ਸ਼ਾਹਦਤ ਸਾਡੇ ਮੱਥੇ ਤੇ ਰੱਖਦੀ ਹੈ ਕਿ ਤੁਸੀਂ ਬਣੇ ਹੀ ਕੱਟਣ ਵਧਣ ਵਾਸਤੇ ਇਹ ਸਾਨੂੰ ਰਾਈਜ਼ ਕਰਨ ਨਹੀਂ ਦੇਣਾ ਚਾਹੁੰਦੇ ਠੀਕ ਹੈ ਨਾ ਇਹ ਸਾਨੂੰ ਰਾਈਜ਼ ਕਰਨ ਨਹੀਂ ਦੇਣਾ ਚਾਹੁੰਦੇ ਇਹ ਬੰਦੀ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਕਬਜ਼ਾ ਇਹਨਾਂ ਨੇ ਬੰਦੀ ਕੀਤੇ ਹੋਏ ਆ ਰਿਹਾ ਨਹੀਂ ਕਰ ਰਹੇ ਹਕੂਮਤ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਇਹ ਬੰਦੀ ਸਿੰਘ ਹਜ ਤੱਕ ਅਸੀਂ ਮੰਗ ਰਹੇ ਆ ਮੰਗ ਰਹੇ ਆ ਅਸੀਂ ਕਿ ਸਾਡੀ ਮੰਗ ਹੈ ਕਿ ਤੁਸੀਂ ਬੰਦੀ ਸਿੰਘ ਰਿਹਾ ਕਰੋ ਮੈਂ ਇਹ ਗੱਲ ਬੜੇ ਦਾਵੇ ਨਾਲ ਜਿਹੜੇ ਮੇਰੇ ਬਜ਼ੁਰਗਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹਾਦਤ ਦਿੱਤੀਆਂ ਉਹਨਾਂ ਨੂੰ ਮੁੱਖ ਰੱਖ ਕੇ ਇਹ ਗੱਲ ਬੋਲ ਰਿਹਾ ਹਾਂ ਚੈਲੰਜ ਦੇ ਰਿਹਾ ਹਾਂ ਸਾਡੇ ਬਜ਼ੁਰਗਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣਾ ਖੂਨ ਬਹਾਇਆ ਹੈ ਮੈਂ ਉਸ ਗੱਲ ਨੂੰ ਮੁੱਖ ਰੱਖ ਕੇ ਬੋਲ ਰਿਹਾ ਹਾਂ ਅੱਜ ਅਸੀਂ ਮੰਗ ਰਹੇ ਹਾਂ ਕਿ ਸਾਡੀ ਮੰਗ ਹੈ ਕਿ ਬੰਦੀ ਸਿੰਘ ਰਿਹਾ ਕਰ ਦਿਓ ਬੰਦੀ ਸਿੰਘ ਰਿਹਾ ਕਰ ਦਿਓ ਜੇ ਇਹਨਾਂ ਨੇ ਰਿਹਾ ਨਾ ਕੀਤੇ ਤਾਂ ਅਸੀਂ ਖੋਣਾ ਵੀ ਜਾਣਦੇ ਆ ਆਪਣੇ ਹੱਕ ਲੈਣਾ ਵੀ ਜਾਣਦੇ ਆ ਅਸੀਂ ਤਾਂ ਜਹਾਂਗੀਰ ਦੇ ਦਰਬਾਰ 'ਚ ਆਪਣੇ ਘੋੜੇ ਨਹੀਂ ਰਹਿਣ ਦਿੱਤੇ ਇਹ ਤਾਂ ਸਾਡੇ ਵੀਰ ਹੈ ਇਹਨੂੰ ਅਸੀਂ ਕਿੱਦਾਂ ਅੰਦਰ ਛੱਡ ਦਾਂਗੇ ਜੇ ਉਹ ਉਹ ਬਾਹਰ ਉਹ ਅੰਦਰ ਹੈ ਅਸੀਂ ਬਾਹਰ ਹੈ ਤਾਂ ਅਸੀਂ ਵੀ ਅੰਦਰ ਹੈ ਕਿਸਮ ਨਾਲ ਠੀਕ ਹੈ ਤੇ ਹੱਕ ਜਿਹੜਾ ਅਸੀਂ ਲੈ ਕੇ ਰਾਵਾਂਗੇ ਬੰਦੀ ਸਿੰਘ ਜਿਹਨੇ ਆਜ਼ਾਦ ਕਰਾ ਕੇ ਰਾਵਾਂਗੇ ਇਹ ਸਾਡਾ ਪੱਕਾ ਵਾਅਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਇਹਨਾਂ ਦੀ ਗੱਲ ਦਾ ਇੱਕ ਦਾ ਜਵਾਬ ਦਿੰਨਾ ਹੈ ਕਿ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹਦੀ ਗੱਲ ਸਿੱਖ ਕੌਮ ਕਰਦੀ ਆ ਨਾ ਕਿ ਉਹ ਛੋਟੀ ਗੱਲ ਉਹ ਤਾਂ ਵੈਸੇ ਆਪਾਂ ਕਹਿ ਦਿੰਨੇ ਆ ਕਿ ਤੁਸੀਂ ਸਾਨੂੰ ਇੰਨਾ ਕੁ ਤਾਂ ਸਾਡਾ ਦਓ ਨਾ ਉਹ ਵੀ ਉਹ ਕਹਿੰਦੇ ਨੇ ਉਹ ਬੇਗਾਨਗੀ ਦਾ ਅਹਿਸਾਸ ਕਰਾਉਂਦੇ ਨੇ ਨਾ ਕੌਮ ਨੂੰ ਬਾਰ-ਬਾਰ 47 ਤੋਂ ਲੈ ਕੇ ਅੱਜ ਤੱਕ ਜਿੰਨਾ ਬੇਗਾਨਗੀ ਦਾ ਅਹਿਸਾਸ ਕਰਾਇਆ ਇਹ ਕਹਿੰਦੇ ਅਸੀਂ ਦਿੱਲੀ ਤੋਂ ਆ ਜੀ ਜਦੋਂ ਰਜੀਵ ਗਾਂਧੀ ਮਾਰੇ ਆ ਉਸ ਵੇਲੇ ਦਿੱਲੀ 'ਚ ਦੰਗੇ ਕਾਤੇ ਨਹੀਂ ਹੋਏ ਜਦੋਂ ਇੰਦਰਾ ਗਾਂਧੀ ਮਾਰੀ ਆ ਉਸ ਵੇਲੇ ਦਿੱਲੀ 'ਚ ਸਿੱਖਾਂ ਨੂੰ ਮਾਰਨ ਲਈ ਦੰਗੇ ਕੀਤੇ ਸਾਡੀ ਨਸਲ ਕੁਸ਼ੀ ਕਰਨਾ ਚਾਹੁੰਦੇ ਨੇ ਔਰ ਇਹ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਸਾਨੂੰ ਉਹਨਾਂ ਨੇ ਕਦੇ ਵੀ ਆਪਣਾ ਨਹੀਂ ਸਮਝਿਆ ਤੇ ਅੱਜ ਸਿੱਖ ਕੌਮ ਵੀ ਆਪਣਾ ਨਹੀਂ ਸਮਝ ਰਹੀ ਸਿੱਖ ਕੌਮ ਵੀ ਹੁਣ ਉਹਨਾਂ ਨੂੰ ਆਪਣਾ ਨਹੀਂ ਸਮਝਦੀ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈਗੀ ਫਿਰ ਭਜਦਿਆਂ ਨੂੰ ਵਹਣ ਇੱਕੋ ਜਿਹੇ ਹੁੰਦੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਰਾਜ ਦੀ ਗੱਲ ਸਿੱਖ ਕੌਮ ਕਰਦੀ ਹੈ ਜਿਹੜੀ ਕੌਮ ਨੇ ਜਿਹੜੀ ਕੌਮ ਨੇ ਰਾਜ ਮਾਣਿਆ ਹੋਵੇ ਉਸ ਕੌਮ ਦੇ ਦਿਲ ਵਿੱਚੋਂ ਦੁਨੀਆ ਦੀ ਕੋਈ ਤਾਕਤ ਰਾਜ ਕਰਨ ਵਾਲੀ ਗੱਲ ਕੱਢ ਨਹੀਂ ਸਕਦੀ ਜੀ ਕੋਈ ਵੀ ਨਹੀਂ ਕੱਢ ਸਕਦਾ ਜਦ ਅਸੀਂ ਰਾਜ ਕੀਤਾ ਜਾਂ ਸਾਡਾ ਰਾਜ ਹੈਗਾ ਸੀ ਇਸ ਦੇਸ਼ ਨੂੰ ਆਜ਼ਾਦ ਅਸੀਂ ਕਰਾਇਆ ਆ ਜਿਹੜੇ ਗੰਝੇ ਗੁੰਝੇ ਜੇ ਗੱਲਾਂ ਮਾਰਦੇ ਫਿਰਦੇ ਨੇ ਨਾ ਇਹਨਾਂ ਨੂੰ ਤਾਂ ਫਾਸੀ ਦਾ ਰੱਸਾ ਦਿਖਾ ਦੇ ਕਾਲੇ ਪਾਣੀ ਵਾਲੀ ਜੇਲ੍ਹ ਦਿਖਾ ਦੇ ਅਟੈਕ ਹੋ ਜਾਣਗੇ ਇਹਨਾਂ ਨੂੰ ਜ਼ਿਆਦਿਆਂ ਨੂੰ ਜ਼ਿਆਦਿਆਂ ਨੂੰ ਸਾਡੇ ਬਜ਼ੁਰਗਾਂ ਨੇ ਤਾਂ ਸਾਡੇ ਭੈਣਾ ਭਰਾਵਾਂ ਨੇ ਤਾਂ ਰਸੇ ਨੇ ਜਿਹੜੇ ਹੱਸ ਹੱਸ ਕੇ ਗਲਾਂ 'ਚ ਚੁੰਮ ਕੇ ਪਾਏ ਨੇ ਮੌਜੂਦਾ ਸਮੇਂ 'ਚ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਭਾਈ ਕੇਰ ਸਿੰਘ ਹਣੀ ਭਾਈ ਸਤਮੰਤ ਸਿੰਘ ਹਣੀ ਇਹ ਤਾਂ ਮੌਜੂਦਾ ਸਮੇਂ 'ਚ ਹੈ ਨਾ ਸਿੱਖ ਕੌਮ ਆਪਣਾ ਇਤਿਹਾਸ ਦਹਰਾਉਂਦੀ ਹੈ ਇਹ ਮਥਿਆਸ ਨਹੀਂ ਹੈਗਾ ਸਾਡਾ ਵੀ ਲਿਖਿਆ ਜਾਂਦਾ ਮਥਿਆਸ ਦਾ ਜਿਵੇਂ ਮਰਜ਼ੀ ਲਿਖ ਲੋ ਇਹ ਲਿਖਦੀ ਨਹੀਂ ਕੌਮ ਇਹ ਦਹਰਾਉਂਦੀ ਹੈ ਔਰ ਅਸੀਂ ਦਹਰਾਇਆ ਜਦ ਕੌਮ ਨੂੰ ਲੋੜ ਪਈਆ ਕੌਮ ਨੇ ਇਤਿਹਾਸ ਦਹਰਾਇਆ ਔਰ ਸਦਾ ਦਹਰਾਉਂਦੀ ਰਹੂਗੀ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀਗਾ ਇਸ ਖਾਲਸਾ ਰਾਜ ਦੀ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਰਾਜ ਕੀਤਾ ਜੀ ਦੀਪ ਸਿੱਧੂ ਵਾਲੀ ਸਿਰਤਲਵਾਰ ਉਹਨਾਂ ਕੋਲ ਜੀਤ ਸਿੰਘ ਬਾਦੁਰ ਉਹਨਾਂ ਨੇ ਰਾਜ ਕੀਤਾ ਉਹ ਇਸ ਪੰਜਾਬ ਦੀ ਗੱਲ ਕਰਦੇ ਆ ਅਸੀਂ ਗੁਰੂ ਸਾਹਿਬ ਕਿਰਪਾ ਕਰਨ ਆਹ ਛੋਟੇ ਪੰਜਾਬ ਦੀ ਗੱਲ ਨਹੀਂ ਕਰਦੇ ਇਸ ਪੰਜਾਬ ਦੀ ਗੱਲ ਕਰਦੇ ਆ ਇਹ ਅਸਲ ਨਕਸ਼ਾ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਹੋਇਆ ਸੀ ਜੀ ਪਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਅਸਲ ਪੰਜਾਬ ਇਹਨੂੰ ਦੇਸ਼ ਪੰਜਾਬ ਕਹਿੰਦੇ ਸੀ ਦੇਸ਼ ਪੰਜਾਬ ਕਦੇ ਨਹੀਂ ਪੰਜਾਬ ਕੱਲਾ ਲਿਖਿਆ ਗਿਆ ਤਾਂ ਇਹਨਾਂ ਨੇ ਇਹ ਲਿਖਣ ਲੱਗੇ ਨੇ